जो कि आप भेड़ परे दे विच अज पनीरी आ जिहड़ी ओह रलाउण लगे हाँ, ते ओह तुहाडे नाल गुरदेव सिंह जी गज्जू मैरा ਉਹ ਆਪਣੇ ਵਿਚਾਰ ਸਾਂਝੇ ਕਰਨਗੇ। ਹਾਂਜੀ ਗੁਰਦੇਵ ਸਿੰਘ ਜੀ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਅਸੀਂ ਸਾਡੇ ਕਿਸਾਨ ਭਰਾਵਾਂ ਨੂੰ ਸਾਡੀ ਜਥੇਬੰਦੀ ਬੀਕੇ ਜੋ ਆਜ਼ਾਦ ਦੇ ਵੱਲੋਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਜੋ ਹੜ੍ਹਾਂ ਦੀ ਕਾਰਨ ਸਾਡੇ ਕਿਸਾਨ ਭਰਾਵਾਂ ਦੀ ਫਸਲ ਰੁੜ ਚੁੱਕੀ ਹੈ, ਇਸ ਦੇ ਵਾਸਤੇ ਕਿਉਂਕਿ ਜਿਸ ਦੇ ਕੋਲ ਪਨੀਰੀ ਬਚਦੀ ਖੜੀ ਹੈ ਪੁਰਾਣੀ, ਉਹ ਵੀ ਵਟਸਐਪ 'ਤੇ ਪਾ ਕੇ ਜਾਂ ਵੀਡੀਓ ਪਾ ਕੇ ਸਾਡੇ ਉਹਨਾਂ ਵੀਰਾਂ ਦੀ ਸਹਾਇਤਾ ਕਰ ਸਕਦੇ ਨੇ। ਜਿਹਦੇ ਲਵੇ ਨਹੀਂ ਕਿਸੇ ਲਵੇ ਜਗ੍ਹਾ ਵਾਧੂ ਪਈ ਹੈ ਖੁੱਲ੍ਹੀ, ਚਾਹੇ ਨੀਰੇ ਵਾਲਾ ਵਾਹਣ ਵਿਹਲਾ ਹੋਇਆ, ਉਹ ਥੋੜ੍ਹੀ ਬਹੁਤੀ ਪਨੀਰੀ ਬੀਜ ਕੇ ਸਾਡੇ ਉਹਨਾਂ ਭਰਾਵਾਂ ਦੀ ਸਹਾਇਤਾ ਕਰਨ। ਅੱਜ ਅਸੀਂ ਪਿੰਡ ਭੇੜਪੁਰੇ ਦੇ ਵਿੱਚ ਚਮਕੌਰ ਸਿੰਘ ਜੋ ਕਿ ਸਾਡੇ ਜ਼ਿਲ੍ਹੇ ਦੇ ਆਗੂ ਨੇ, ਉਹਨਾਂ ਦੇ ਖੇਤ ਦੇ ਵਿੱਚ ਅਸੀਂ ਪਨੀਰੀ ਬੀਜਣ ਲੱਗਿਆ, ਕਿਉਂਕਿ ਜਿਹੜੇ ਸਾਡੇ ਭਰਾਵਾਂ ਦੀ ਫਸਲ ਮਰ ਗਈ ਉਹਨਾਂ ਨੂੰ ਕੋਈ ਸਹਾਰਾ ਨਹੀਂ। ਇਸ ਟਾਈਮ ਸਰਕਾਰ ਕਿਸੇ ਵੀ ਦੁੱਖ ਸੁੱਖ 'ਚ ਨਹੀਂ ਖੜਦੀ। ਜਦੋਂ ਅਸੀਂ ਕੇਰਲਾ ਤੱਕਰ ਅੜੀਸਾ ਤੱਕਰ ਹੜ੍ਹ ਮਾਰੀ ਦੇ ਜਾ ਕੇ ਉੱਥੇ ਉਹਨਾਂ ਦੀ ਸਾਡੇ ਭਰਾਵਾਂ ਦੀ ਸਹਾਇਤਾ ਕਰਦੇ ਹਾਂ, ਪਰ ਸਾਡੇ ਪੰਜਾਬ ਦੇ ਵਿੱਚ ਤਾਂ ਸਾਡੇ ਵੀਰਾਂ ਦੀ, ਚਾਹੇ ਸਾਡੇ ਹਰਿਆਣੇ ਦੇ ਭਰਾ ਹੋਣ, ਸਾਡੇ ਛੋਟੇ ਭਰਾ ਨੇ, ਉੱਥੇ ਸਾਨੂੰ ਸਹਾਇਤਾ ਕਰਨ ਦਾ ਹੱਕ ਬਣਦਾ ਹੈ। ਕਿਉਂਕਿ ਕਈ ਦਿਨ ਤੋਂ ਲੈ ਕੇ ਸਾਡੇ ਪਿੰਡਾਂ ਦੇ ਵਿੱਚੋਂ, ਸਾਡੇ ਸ਼ਹਿਰਾਂ ਦੇ ਵਿੱਚੋਂ ਉੱਥੇ ਲੰਗਰ ਵੀ ਜਾ ਰਿਹਾ, ਅਤੇ ਉੱਥੇ ਕੱਖਾਂ ਕੰਡਿਆਂ ਦਾ ਵੀ ਇੰਤਜ਼ਾਮ ਹੋ ਰਿਹਾ, ਭੇਜ ਰਹੇ ਨੇ ਸਾਡੇ ਨੌਜਵਾਨ ਟੋਕਾ ਕਰ ਕਰਕੇ ਲੈ ਕੇ ਜਾ ਰਹੇ ਨੇ। ਇਸ ਕਰਕੇ ਜਿਹੜਾ ਪਨੀਰੀ ਦਾ ਇਹ ਬਹੁਤ ਅਸੀਂ ਜ਼ਰੂਰੀ ਸਮਝਦੇ ਹਾਂ, ਕਿਉਂਕਿ ਜੇ ਪਨੀਰੀ ਹੋਊਗੀ ਤਾਂ ਅਗਲੀ ਫਸਲ ਹੈ ਜਿਹੜੀ ਉਹ ਲੱਗ ਸਕਦੀ ਹੈ। ਜਦੋਂ ਉਹਨੂੰ ਪਾਣੀ ਉੱਤੇ ਸੁੱਕਣਾ, ਜਦੋਂ ਉਹਨੂੰ ਇਹਨੇ ਦੋ ਦੋ ਉਂਗਲ ਪਨੀਰੀ ਨੇ ਹੋ ਜਾਣਾ, ਤਾਂ ਛੇਤੀ ਉਹਨਾਂ ਨੂੰ ਇਹ ਪਨੀਰੀ ਮਿਲੂਗੀ, ਛੇਤੀ ਉਹ ਜੀਰੀ ਲਾ ਲੈਣਗੇ। ਦੁਬਾਰਾ ਮੈਂ ਸਾਡੇ ਭਰਾਵਾਂ ਨੂੰ, ਉਹਨਾਂ ਨੂੰ ਫਿਰ ਬੇਨਤੀ ਕਰਦਾ ਵੀ ਜੇ ਕਿਸੇ ਕੋਲ ਕੋਈ ਪਨੀਰੀ ਬਚੀ ਹੋਈ ਹੈ ਉਹ ਵੀ ਵਟਸਐਪ 'ਤੇ ਜਾਂ ਵੀਡੀਓ 'ਤੇ ਉਹਨਾਂ ਨੂੰ ਪਾਉਣ, ਕਿਉਂਕਿ ਜਿਹੜੇ ਭਰਾਵਾਂ ਦੀ ਅੱਜ ਜ਼ਮੀਨ ਵਿਹਲੀ ਹੋ ਚੁੱਕੀ ਹੈ ਉਹ ਛੇਤੀ ਜੀਰੀ ਲਾ ਲੈਣ। ਇਸ ਕਰਕੇ ਮੈਂ ਧੰਨਵਾਦ ਕਰਦਾ ਸਭ ਦਾ, ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰੋ। ਅਤੇ ਸਾਥੀਓ, ਇਹਦੇ ਵਿੱਚ ਆਪਾਂ ਮੋਬਾਇਲ ਨੰਬਰ ਐਡ ਕਰਨ ਲੱਗਿਆ 9988 99 88, ਇਹ ਚਮਕੌਰ ਸਿੰਘ ਭੇੜਪੁਰੇ ਦਾ ਨੰਬਰ ਹੈ। ਜਦੋਂ ਪੌਦ ਆਪਣੀ ਪੱਟਣ ਯੋਗ ਹੋ ਗਈ, ਲਾਉਣ ਯੋਗ ਹੋ ਗਈ, ਅਤੇ ਆਪਾਂ ਉਸ ਤੋਂ ਬਾਅਦ ਫਿਰ ਵੀ ਵੀਡੀਓ ਪਾਵਾਂਗੇ। ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।